ਰੇਡੀ ਕਦੇ ਸਮਾਂ ਹੁੰਦਾ ਸੀ ਕਿ ਵੱਡੇ ਇੱਕ ਘੂਰੀ ਬੱਟਨ ਤਾਂ ਬੱਚੇ ਚੁੱਪ ਕਰ ਜਾਂਦੇ ਸਨ ਜਾਂ ਸ਼ਰਾਰਤ ਕਰਨਾ ਬੰਦ ਕਰ ਦਿੰਦੇ ਸਨ ਡੰਡੀ ਬੱਚੇ ਵੱਡਿਆਂ ਦੇ ਇਸ਼ਾਰੇ ਸਮਝਦੇ ਸਨ ਤੇ ਝਟਪਟ ਅਸਰ ਕਰਦੇ ਸਨ ਡੰਡੀ ਪਰ ਹੁਣ ਉਹ ਗੱਲਾਂ ਨਹੀਂ ਰਹੀਆਂ ਡੰਡੀ ਹੁਣ ਤਾਂ ਬੱਚੇ ਸਿਰਫ ਮੋਬਾਈਲ ਤੇ ਟੀਵੀ ਦੀ ਹੀ ਸੁਣਦੇ ਹਨ ਡੰਡੀ ਅੱਜ ਹਰ ਇੱਕ ਮਾਪੇ ਦੀ ਇਹ ਹੀ ਸ਼ਿਕਾਇਤ ਹੈ ਕਿ ਬੱਚੇ ਕਹਿਣਾ ਨਹੀਂ ਮੰਨਦੇ ਡੰਡੀ ਪਹਿਲਾਂ ਬੱਚੇ ਸੰਸਕਾਰੀ ਹੁੰਦੇ ਸਨ ਡੰਡੀ ਆਪਣੇ ਮਾਪਿਆਂ ਦੇ ਨਾਲ ਬਾਕੀਆਂ ਦਾ ਵੀ ਕਹਿਣਾ ਮੰਨਦੇ ਸਨ ਡੰਡੀ ਉੱਚੀ ਬੋਲਣਾ ਤਾਂ ਦੂਰ ਕਈ ਵਾਰੀ ਬੱਚੇ ਰਿਸ਼ਤੇਦਾਰਾਂ ਦੇ ਸਾਹਮਣੇ ਆਉਂਦੇ ਹੀ ਨਹੀਂ ਸੰ ਦੰਡੀ ਜਮਾਨਾ ਬਹੁਤ ਬਦਲ ਗਿਆ ਹੈ ਦੰਡੀ ਪਰ ਦੁੱਖ ਇਸ ਗੱਲ ਦਾ ਹੈ ਕਿ ਜਮਾਨਾ ਬਦਲਣ ਨਾਲ ਚੰਗੇ ਸੰਸਕਾਰ ਵੀ ਖਤਮ ਹੋ ਗਏ ਹਨ ਦੰਡੀ ਅੱਜਕੱਲ ਪਰਿਵਾਰ ਛੋਟੇ ਤੇ ਇੱਕ ਹਰੇ ਹੋ ਗਏ ਹਨ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਦੰਡੀ ਪਹਿਲਾ ਦਾਦੀਆਂ ਨਾਨੀਆਂ ਨੈਤਿਕਤਾ ਭਰੀਆਂ ਕਹਾਣੀਆਂ ਤੇ ਸੰਸਕਾਰਾਂ ਨਾਲ ਭਰੀਆਂ ਬਾਤਾਂ ਸੁਣਾਉਂਦੀਆਂ ਸਨ ਜਿਸ ਕਰਕੇ ਬੱਚੇ ਸੰਸਕਾਰੀ ਬਣਦੇ ਸਨ ਪਰ ਹੁਣ ਦਾਦੀਆਂ ਨਾਨੀਆਂ ਨਾਲ ਰਹਿਣ ਦਾ ਮੌਕਾ ਕਿਸੇ ਕਿਸੇ ਪਾਗਾਂ ਵਾਲੇ ਬੱਚੇ ਨੂੰ ਹੀ ਮਿਲਦਾ ਹੈ ਦੰਡੀ ਸੰਸਕਾਰਾਂ ਬਾਰੇ ਕਹਾਂ ਦਾ ਪਤਾ ਕਿਵੇਂ ਲੱਗਦਾ ਹੈ ਪ੍ਰਸ਼ਨ ਚਿੰਨ ਸੋ ਇਹ ਤਾਂ ਬਹੁਤ ਆਸਾਨ ਹੈ ਡੰਡੀ ਘਰਾਂ ਵਿੱਚ ਬੱਚੇ ਮਾਪੇ ਦਾ ਕਹਿਣਾ ਨਹੀਂ ਮੰਦੇ ਬਾਹਰ ਉਹ ਆਪਣੀ ਮਰਜ਼ੀ ਕਰਦੇ ਹਨ ਡੰਡੀ ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਗੱਡੀ ਵਿੱਚ ਚੜਦਿਆਂ ਹੀ ਕਈਆਂ ਦੀ ਜੇਬਾਂ ਕਟੀਆਂ ਜਾਂਦੀਆਂ ਹਨ ਤੇ ਕਈ ਵਿਚਾਰੇ ਰੈਡੀ ਡਿੱਗ ਕੇ ਛੱਟ ਲਵਾ ਬੈਠਦੇ ਹਨ ਡੰਡੀ ਧਾਰਮਿਕ ਥਾਮਾ ਉੱਤੇ ਕਈ ਕਈ ਜਨੇ ਗਰੁੱਪ ਬਣਾ ਕੇ ਚੋਰੀਆਂ ਕਰਨ ਜਾਂਦੇ ਹਨ ਡੰਡੀ ਸੜਕਾਂ ਉੱਤੇ ਤੁਰਿਆ ਜਾਂਦਾ ਕੋਈ ਵੱਡਾ ਛੋਟਾ ਨਹੀਂ ਦੇਖਦਾ ਡੰਡੀ ਵਿਆਹ ਸ਼ਾਦੀ ਵਿੱਚ ਵੀ ਖਾਣ ਪੀਣ ਵੇਲੇ ਵੀ ਇਹੋ ਜਿਹੇ ਬੱਚੇ ਇੱਕ ਦੂਜੇ ਦੇ ਉੱਪਰ ਹੀ ਡਿੱਗਦੇ ਹਨ ਕੋਈ ਬਜ਼ੁਰਗ ਜਾਂ ਬੱਚਾ ਨਹੀਂ ਦੇਖਦੇ ਡੰਡੀ ਇੱਥੋਂ ਤੱਕ ਕਿ ਹਸਪਤਾਲਾਂ ਵਿੱਚ ਵੀ ਕੋਈ ਕਿਸੇ ਦਾ ਲਿਹਾਜ਼ ਨਹੀਂ ਕਰਦਾ ਡੰਡੀ ਹਰ ਕੋਈ ਕਹਲੀ ਵਿੱਚ ਹੈ ਡੰਡੀ ਪਤਾ ਨਹੀਂ ਕਿਹੋ ਜਹੀ ਦੌੜ ਹੈ ਜਿਸ ਵਿੱਚ ਸਭ ਨੂੰ ਪਿੱਛੇ ਛੱਡ ਰਿਹਾ ਹੈ ਅੱਜ ਦਾ ਮਨੁੱਖ ਡੰਡੀ ਆਖਰ ਕਿੱਥੇ ਪਹੁੰਚਣਾ ਹੈ ਅਸੀਂ ਪ੍ਰਾਸ਼ੰਜਨ ਹੁਣ ਤਾਂ ਇੰਜ ਲੱਗਦਾ ਹੈ ਕਿ ਲੋਕਾਂ ਵਿੱਚ ਸਬਰ ਸੰਤੋਖ ਨਿਮਰਤਾ ਇਮਾਨਦਾਰੀ ਆਦ ਸਭ ਖਤਮ ਉਹ ਚੱਲਿਆ ਹੈ ਡੰਡੀ ਬੱਚਿਆਂ ਵਿੱਚ ਚੋਰੀ ਅਤੇ ਮਾਰ ਧਾੜ ਦਾ ਰੁਝਾਨ ਵਧਿਆ ਹੈ ਡੰਡੀ ਉਹਨਾਂ ਨੂੰ ਬਹੁਤ ਕੁਝ ਚਾਹੀਦਾ ਹੈ ਉਹ ਵੀ ਆਸਾਨ ਅਤੇ ਤੇਜ਼ ਤਰੀਕੇ ਤੋਂ ਡੰਡੀ ਉਹ ਮਿਹਨਤ ਨਹੀਂ ਕਰਨਾ ਚਾਹੁੰਦੇ ਸਗੋਂ ਦਿਮਾਗ ਨਾਲ ਬੈਠੇ ਬਿਠਾਏ ਅਮੀਰ ਹੋਣਾ ਚਾਹੁੰਦੇ ਹਨ ਡੰਡੀ ਪਤਾ ਨਹੀਂ ਆਉਣ ਵਾਲੀ ਪੀੜੀ ਦਾ ਕੀ ਬਣੇਗਾ ਪ੍ਰਸ਼ਨ ਚਿੰਨ ਪਰ ਜੇਕਰ ਅਸੀਂ ਥੋੜੇ ਜਿਹੇ ਸਾਵਧਾਨ ਹੋ ਜਾਈਏ ਤਾਂ ਸ਼ਾਇਦ ਕੁਝ ਸੁਧਾਰ ਹੋ ਸਕਦੇ ਹਨ ਡੰਡੀ ਬੇਸ਼ੱਕ ਸਾਡੇ ਕੋਲ ਸਮਾਂ ਘੱਟ ਹੈ ਪਰ ਫਿਰ ਵੀ ਥੋੜਾ ਜਿਹਾ ਸਮਾਂ ਬੱਚਿਆਂ ਨੂੰ ਦੇਣਾ ਜ਼ਰੂਰੀ ਹੈ ਡੰਡੀ ਮੋਬਾਈਲ ਫੋਨ ਦਾ ਇਸਤੇਮਾਲ ਜੇਕਰ ਆਪ ਘਟ ਕਰਾਂਗੇ ਤਾਂ ਹੀ ਬੱਚੇ ਨੂੰ ਵੀ ਕਹਿ ਸਕਾਂਗੇ ਡੰਡੀ ਚੰਗੀਆਂ ਕਿਤਾਬਾਂ ਪੜਨ ਦੀ ਆਦਤ ਅਪਣਾਈਏ ਤਾਂ ਸਾਨੂੰ ਦੇਖ ਕੇ ਬੱਚੇ ਵੀ ਪੜਨਗੇ ਡੰਡੀ